ਪੰਜਾਬ ਦੇ 10 ਹੋਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ ਕਿ ਸਰਕਾਰ ਬੰਦ ਕਰ ਰਹੀ ਆ ਜਾਂ ਫਿਰ ਕੋਈ ਹੋਰ ਚੱਕਰ ਹੈ ਤੁਸੀਂ ਵੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂ ਪਰਮਜੀਤ ਸਿੰਘ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਨੂੰ ਲੈ ਕੇ ਇਸ ਸਮੇਂ ਸਿਆਸਤ ਭਖੀ ਹੋਈ ਆ ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਸਮੇਂ ਵੀ ਟੋਲ ਪਲਾਜ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਮੋ ਸਾਹਮਣੇ ਸਨ ਇਸ ਸਮੇਂ ਜੋ ਸਿਆਸਤਾ ਉ ਟੋਲ ਪਲਾਜ਼ਿਆਂ ਨੂੰ ਬੰਦ ਕਰਨੋਂ ਲੈ ਕੇ ਪੱਕੀ ਹੋਈ ਆ ਬੀਤੇ ਦੋ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮਾਨ ਸਰਕਾਰ ਦੇ ਵੱਲੋਂ ਸੰਗਰੂਰ ਤੇ ਲੁਧਿਆਣਾ ਦੇ ਵਿਚਕਾਰ ਲੱड्डा ਤੇ ਲਹਿਰਾ ਟੋਲ ਪਲਾਜ਼ੇ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਇਹ ਪਹਿਲੀ ਸਰਕਾਰ ਹੈ ਜਿਸ ਦੇ ਵੱਲੋਂ ਕਿਸੇ ਟੋਲ ਪਲਾਜ਼ੇ ਨੂੰ ਬੰਦ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਭਾਸ਼ਣ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਕੋਰੋਨਾ ਕਾਲ ਤੇ ਕਿਸਾਨੀ ਅੰਦੋਲਨ ਦੇ ਸਮੇਂ ਉਹਨਾਂ ਦਾ ਨੁਕਸਾਨ ਹੋ ਜਿਸ ਦੇ ਕਰਕੇ ਉਹਨਾਂ ਦੇ ਟੋਲ ਪਲਾਜ਼ਿਆਂ ਨੂੰ 20 ਮਹੀਨੇ ਹੋਰ ਚਲਾਇਆ ਜਾਵੇ ਜਾਂ ਫਿਰ 50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਵੇ ਪਰ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਸਭ ਤੋਂ ਅਨਕਾਰ ਕੀਤਾ ਗਿਆ ਤੇ ਹੁਣ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਨੇ ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨਾ ਦੋਨੇ ਟੋਲ ਪਲਾਜ਼ਿਆਂ ਦੀ ਮਿਆਦ ਜੋ 4 ਸਤੰਬਰ 2022 ਨੂੰ ਖਤਮ ਹੋਣ ਜਾ ਰਹੀ ਸੀ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਇੱਕ ਜੋ ਰਾਜਨੀਤਿਕ ਸਟੰਟ ਹੀ ਖੇਡਿਆ ਗਿਆ ਏ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਵੀ ਫੇਸਬੁੱਕ ਤੇ ਉੱਪਰ ਪੋਸਟ ਪਾ ਕੇ ਕਿਹਾ ਗਿਆ ਹੈ ਕਿ ਮਾਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਤੇ ਉਹ ਪ੍ਰੋਗਰਾਮ ਕਰਕੇ ਪੈਸੇ ਦੀ ਬਰਬਾਦੀ ਕੀਤੀ ਹੈ ਕਿਉਂਕਿ ਜੋ ਟੋਲ ਪਲਾਜ਼ੇ ਨੇ ਇਹਨਾਂ ਦੀ ਮਿਆਦ ਤਾਂ ਵੈਸੇ ਹੀ 4 ਸਤੰਬਰ 2022 ਨੂੰ ਰਾਤ ਨੂੰ 12 ਵਜੇ ਖਤਮ ਹੋਣ ਜਾ ਰਹੀ ਸੀ ਇਸ ਪੂਰੇ ਮੁੱਦੇ ਨੂੰ ਲੈ ਕੇ ਸਮੇਂ ਆਮਾਦੀ ਪਾਰਟੀ ਕਾਂਗਰਸ ਅਤੇ ਇਕਾਈ ਦਲ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਇਸ ਸਭ ਦੇ ਵਿਚਕਾਰ ਇਹ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ 10 ਹੋਰ ਟੋਲ ਪਲਾਜ਼ੇ 2024 ਤੱਕ ਬੰਦ ਹੋਣ ਜਾ ਰਹੇ ਨੇ ਤੁਸੀਂ ਇੱਕ ਸੂਚੀ ਆਪਣੀ ਸਕਰੀਨ ਦੇ ਉੱਪਰ ਵੀ ਦੇਖ ਰਹੇ ਹਾਂ 2022 ਵਿੱਚ 3 2023 ਵਿੱਚ 5 ਤੇ 2024 ਦੇ ਵਿੱਚ 2 ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ ਇਹ ਤਿੰਨ ਸਾਲਾਂ ਵਿੱਚ ਪੰਜਾਬ ਤੋਂ ਤਕਰੀਬਨ 10 ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਜਿਸ ਦੇ ਕਾਰਨ ਪੰਜਾਬੀਆਂ ਨੂੰ 2024 ਦੇ ਤੱਕ ਇੱਕ ਵੱਡਾ ਤੋਹਫ਼ਾ ਮਿਲ ਜਾਵੇਗਾ ਇਸ ਦੇ ਵਿੱਚ ਕਿਸੇ ਵੀ ਸਰਕਾਰ ਦਾ ਕੋਈ ਵੀ ਸਹਿਯੋਗ ਨਹੀਂ ਹੋਊਗਾ ਕਿਉਂਕਿ ਟੋਲ ਪਲਾਜ਼ਾਮ ਦੀ ਜੋ ਮਿਆਦ ਹੈ ਉਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਜਿਸ ਸਮੇਂ ਕੋਈ ਟੋਲ ਪਲਾਜ਼ਾ ਲੱਗਦਾ ਹੈ ਤਾਂ ਉਹਦੀ ਇੱਕ ਮਿਆਦ ਹੁੰਦੀ ਹੈ ਕਿ ਉਸਨੇ ਇਸ ਨਿਸ਼ਚਿਤ ਸਾਲ ਤੱਕ ਹੀ ਕੰਮ ਕਰਨਾ ਹੈ ਤੇ ਉਸ ਤੋਂ ਬਾਅਦ ਉਹ ਬੰਦ ਹੋ ਜਾਵੇਗਾ ਪਰ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੋ ਦਾਵਾ ਕੀਤਾ ਜਾ ਰਿਹਾ ਹੈ ਇਸ ਸਬੰ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਲੋਕ ਸਰਕਾਰ ਨੂੰ ਕੇਨਾ ਸ਼ੁਰੂ ਕਰ ਰਹੇ ਨੇ ਕਿ ਇਹਨਾਂ ਜੋ ਟੋਲ ਪਲਾਜ਼ੇ ਤਾਂ ਮਿਆਂਦ ਵੈਸੇ ਖਤਮ ਹੋ ਰਹੇ ਸੀ ਤੁਸੀਂ ਇੱਥੇ ਇੱਕ ਪ੍ਰੋਗਰਾਮ ਕਰਕੇ ਇੱਕ ਤਾਂ ਪੈਸੇ ਦੀ ਬਰਬਾਦੀ ਕੀਤੀ ਆ ਦੂਸਰੇ ਪਾਸੇ ਤੁਸੀਂ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਵਾਂਗ ਹੀ ਬੇਫਕੂ ਬਣਾ ਰਹੇ ਆ ਇਹ ਸਭ ਦੇ ਵਿਚਕਾਰ ਇਹ ਵੀ ਟਿੱਪਣੀ ਕੀਤੀ ਗਈ ਸੀ ਕਿ ਜੋ ਅਕਾਲੀ ਤੇ ਕਾਂਗਰਸੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਵਿਕਾਸ ਦੇ ਨਾਮ ਦੇ ਪੁਲਟ ਕੀਤੀ ਗਈ ਸੀ ਟੋਲ ਪਲਾਜ਼ੇ ਲਾ ਕੇ ਉਹ ਹੁਣ ਮਾਨ ਸਰਕਾਰ ਦੇ ਵੱਲੋਂ ਬੰਦ ਕੀਤੇ ਜਾ ਰਹੇ ਨੇ ਤਾਂ ਇਹ ਸਭ ਨੂੰ ਲੈ ਕੇ ਪੰਜਾਬ ਦੀ ਸਿਆਸਤ ਸਮੇ ਪੱਕੀ ਹੋਈ ਆ ਪ੍ਰਚੰਗੀ ਖਬਰੇ ਕਿ 2024 ਤੱਕ ਪੰਜਾਬ ਦੇ ਤਕਰੀਬਨ 10 ਹੋਰ ਟੋਲ ਪਲਾਸ ਦੇ ਬੰਦ ਹੋਣ ਜਾ ਰਹੇ ਜਿਨ੍ਹਾਂ ਦੀ ਮਿਆਦ ਖਤਮ ਹੋਣ ਜਾ ਰਹੀ ਆ ਅਜਈਆਂ ਹੋਰ ਖਬਰਾਂ ਵੀਡੀਓ ਤੇ ਅਪਡੇਟ ਦੇ ਲਈ ਬਨੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ